بسم الله سيدنا مولانا نحمده ونصلي على رسوله الكريم أما بعد فأعوذ بالله من الشيطان الرجيم بسم الله الرحمن الرحيم ألا أولياء الله لا خوف عليهم ولا هم يحزنون الذين آمنوا وكانوا يتقون آمنت بالله صدق الله العلي العظيم وصدق رسوله النبي الكريم وَنَحْنُ عَلَىٰ ذَٰلِكَ مِنَ الشَّاهِدِينَ وَالشَّاكِرِينَ وَالْحَمْدُ لِلَّهِ رَبِّ الْعَالَمِينَ جِنَّا پَکْڑَا ہے دَامَنَ اَوْلِيَا دَا انہاں پکڑا دامن مصطفیٰ دا انہاں دا ہتھ رسول اللہ دا ہتھ ہے رسول اللہ دا ہتھ اللہ دا ہتھ ہے ید اللہ فوق ایدیہم گواہی دو جگ وچ انہاں دی بادشاہی نظر کر خاک کو سونا بناونا قسم رب دے ہزاراں درد ٹالن ان کی صحبت مردہ کو زندہ کرے زندہ ایسا ہو نہ ہرگز پھر مرے ان کی صحبت دیو کو بھی کر دے ملک ان کی صحبت میں اثر ہے یا تلک ہر کے خواہد ہم نشینی با خدا او نشیند در حضور اولیاء پاک او ذات جس نے بغیر تھما دے آسمان نو چھت بنایا پاک او ذات جس پانی دے اتے مٹی دے بچھونا بچھایا اللہ تبارک تعالیٰ اپنے پیارے کلام سچے کلام قرآن مجید فرقان حمید دے اندر ارشاد فرما دے نے کہ میرے ولیو ہیں جنہاں نو کوئی خوف نہیں کوئی غم نہیں غم دا تعلق خوف دا تعلق دل نال ہوندا ہے ہن میاں دا پیا مینوں کوئی خوف نہیں مینوں کوئی غم نہیں تھانوں کوئی میرے دل دا تاں نہیں پتا اندا تعلق تاں ہوندا ہے دل نال اللہ دی ذات فرماندے نے میرے ولیاں دنیا دا کوئی خوف نہیں قیامت دا کوئی غم نہیں خوف ہوئے گا تو حق بیان نہیں کرن گے روزی دا غم ہوئے گا تو پھر وہ لالچ وچ پے جاون وہ بے خوف ہو کے بغیر تما دے تبلیغ کر دیں
ਸ਼ੇਖ ਸਾਹਿਬ ਜੀ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਉਸੇ ਬੰਦੇ ਦਾ ਅਸਰ ਹੁੰਦਾ ਹੈ ਜਿਹੜਾ ਬੇਖੌਫ ਹੋ ਕੇ ਤਬਲੀਗ ਕਰੇ ਅਤੇ ਬੇਤਮਾ ਹੋ ਕੇ ਤਬਲੀਗ ਕਰੇ। ਇੱਕ ਬਾਦਸ਼ਾਹ, ਇਹ ਸ਼ੇਖ ਸਾਹਿਬ ਜੀ ਨੇ ਲਿਖਿਆ, ਬਾਦਸ਼ਾਹ ਤੋਂ ਬੜਾ ਜ਼ਾਲਮ, ਉਹ ਲੋਕਾਂ ਦੇ ਖੋਤੇ ਪਕੜ ਕੇ ਲੈ ਜਾਂਦਾ, ਗੌਰਮੈਂਟ ਦੇ ਕੰਮ ਕਰਦਾ, ਖੋਤੇ ਵਾਲਿਆਂ ਨੂੰ ਮਜ਼ਦੂਰੀ ਕੋਈ ਨਹੀਂ ਦਿੰਦਾ, ਖੋਤਿਆਂ ਦੀ ਦੇਖਭਾਲ ਨਹੀਂ ਕਰਦਾ, ਖੋਤੇ ਥੱਕ ਕੇ ਮਰ ਜਾਂਦੇ ਹਨ ਅਤੇ ਉਹ ਸੜ ਛੱਡਦਾ। ਉਹ ਬਾਦਸ਼ਾਹ ਸ਼ਿਕਾਰ ਨੂੰ ਗਿਆ, ਰਸਤਾ ਭੁੱਲ ਗਿਆ ਅਤੇ ਇੱਕ ਪਿੰਡ ਵਿੱਚ ਆਇਆ, ਇੱਕ ਘਰ ਗਿਆ। ਉਹ ਬੰਦਾ ਉੱਥੇ ਆਪਣੇ ਖੋਤੇ ਦੀ ਲੱਤ ਤੋੜ ਰਿਹਾ, ਇਹ ਵੇਖ ਕੇ ਤਾਂ ਉਹਨੂੰ ਆਉਂਦਾ ਹੈ ਏਡਾ ਸੋਹਣਾ ਖੋਤਾ ਹੈ ਕਿਉਂ ਲੱਤ ਤੋੜਨਾ। ਉਸ ਆਪਣੇ ਉਸ ਬਾਦਸ਼ਾਹ ਨੂੰ ਬੜਾ ਬੁਰਾ ਭਲਾ ਆਖਿਆ, ਇੱਕ ਬੜਾ ਜ਼ਾਲਮ ਹੈ ਬਾਦਸ਼ਾਹ ਸਾਡਾ, ਉਹਨੂੰ ਤਾਂ ਨਹੀਂ ਪਤਾ ਵੀ ਬਾਦਸ਼ਾਹ ਹੈ, ਅੱਗੇ ਤਾਂ ਪਤਾ ਹੁੰਦਾ ਹੀ ਕੋਈ ਨਾ। ਹੁਣ ਜਦੀਦ ਦੌਰ ਹੈ, ਮੀਡੀਆ ਦਾ ਦੌਰ ਹੈ, ਦੱਸ ਲੈਂਦੇ ਨੇ ਆਹ ਮਸ਼ੀਰ ਹੈ, ਆਹ ਵਜ਼ੀਰ ਖਜ਼ਾਨਾ ਹੈ, ਆਹ ਵਜ਼ੀਰ ਖਰਜਾ ਹੈ, ਆਹ ਵਜ਼ੀਰ ਆਜ਼ਮ। ਉਸ ਵੇਲੇ ਨਹੀਂ ਕੋਈ ਨਾ ਪਤਾ ਹੁੰਦਾ। ਉਹ ਬਾਦਸ਼ਾਹ ਬੈਠਾ ਅਤੇ ਉਹਨੂੰ ਆਉਂਦਾ ਹੈ ਤੇਰਾ ਐਡਾ ਚੰਗਾ ਖੋਤਾ ਹੈ ਅਤੇ ਕਿਉਂ ਲੱਤ ਤੋੜਦਾ ਪਿਆ। ਉਸ ਆਖਿਆ ਜੀ ਸਾਡਾ ਬਾਦਸ਼ਾਹ ਬੜਾ ਜ਼ਾਲਮ ਹੈ, ਅੱਲਾਹ ਇਹਨੂੰ ਚੁੱਕ ਲਵੇ, ਜੋ ਕੁਝ ਹੁੰਦੇ ਜੇ ਨੇ ਚਾਹਿਆ ਉਸ ਨੂੰ ਸੁਣਾਇਆ। ਉਹ ਬਾਦਸ਼ਾਹ ਚਲਾ ਗਿਆ। ਸਵੇਰੇ ਜਾ ਕੇ ਉਸ ਪੁਲਿਸ ਨੂੰ ਭੇਜਿਆ ਅਤੇ ਉਹਨੂੰ ਮੰਗਾ ਲਿਆ। ਇਹਨੇ ਬੰਦੇ ਨੇ ਜਾਂਦਿਆਂ ਵੇਖ ਲਿਆ ਵੀ ਇਹ ਤਾਂ ਯਾਰ ਕੱਲ੍ਹ ਸਾਡੇ ਘਰ ਆ, ਇਹ ਉਹ ਬਾਦਸ਼ਾਹ ਹੈ। ਫਿਰ ਉਸ ਬੰਦੇ ਨੇ ਆਖਿਆ ਪਤਾ ਤੈਨੂੰ ਲੱਗ ਗਿਆ ਜੋ ਕੁਝ ਮੈਂ ਆਖਿਆ ਅਤੇ ਹੁਣ ਡਰ ਕਾਹਦਾ, ਇਹ ਛੱਡਣਾ ਵੀ ਮੈਨੂੰ ਕੋਈ ਨਹੀਂ ਅਤੇ ਜ਼ਿਆਦਾ ਕਰੇਗਾ ਤਾਂ ਫਾਂਸੀ ਦੇ ਛੱਡੇ, ਇਹਨੂੰ ਮੈਂ ਖਰੀਆਂ ਖਰੀਆਂ ਸੁਣਾ ਤਾਂ ਲਾਂ। ਉਸ ਗੁੱਸੇ ਨਾਲ ਸੁਣਾਈਆਂ, ਇਸ ਤਕਰੀਰ ਵਿੱਚ ਨਾ ਹੁਣ ਕੋਈ ਖੌਫ ਆ ਨਾ ਕੋਈ ਲਾਲਚ ਆ। ਉਸ ਏਡੇ ਜ਼ਾਲਮ ਬੰਦੇ ਨੂੰ ਅਸਰ ਹੋ ਗਿਆ, ਉਸ ਲੋਕਾਂ ਦੇ ਖੋਤੇ ਪਕੜਨੇ ਸ਼ੁਰੂ ਕਰ ਦਿੱਤੇ, ਛੱਡਣੇ ਸ਼ੁਰੂ ਕਰ ਦਿੱਤੇ। ਫਕੀਰ ਜਾਂਦੇ ਨੇ ਤਬਲੀਗ ਨੂੰ, ਆਣ ਕੇ ਆਉਂਦੇ ਨੇ ਜੀ ਅਸੀਂ ਤਾਂ ਹੈਰਾਨ ਹੋ ਗਏ, ਸਾਡੇ ਕੋਲ ਇਲਮ ਵੀ ਕੋਈ ਨਾ, ਆਲਮਾਂ ਨੂੰ ਗੱਲ ਸੁਣਾਈ ਅਤੇ ਉਹ ਬੜੇ ਮੁਤਾਸਰ ਹੋਏ। ਇਤਨੇ ਬੰਦੇ ਨਿਮਾਜ਼ੀ ਬਣ ਗਏ ਨੇ, ਕਈਆਂ ਬੰਦਿਆਂ ਨੇ ਸਿਗਰਟਾਂ ਤੋਂ ਤੌਬਾ ਕਰ ਲਈਆਂ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਆਹ ਦੋਵੇਂ ਚੀਜ਼ਾਂ ਹਨ ਸਾਡੀ ਤਕਰੀਰ ਵਿੱਚ, ਉੱਥੇ ਇਲਮ ਦਾ ਸਿੱਕਾ ਨਹੀਂ ਚੱਲਦਾ ਜਿੱਥੇ ਇਸ਼ਕੁਰਾਂ ਦਾ ਡੇਰਾ ਹੈ। ਕਰਨ ਜੱਗ ਤੇ ਵਾਹ ਜ਼ੁਲਮਾ ਚੰਗਾ, ਪਰ ਇਸ਼ਕ ਬਿਆਨ ਕੁਝ ਹੋਰ ਸੁਣੇ। ਨਬੀ ਦੇ ਮੁਨਕਰ ਕੋਲ ਇਮਾਨ ਨਹੀਂ ਹੁੰਦਾ, ਇਹ ਸਾਰਿਆਂ ਨੂੰ ਪਤਾ, ਅਤੇ ਵਲੀ ਦੇ ਮੁਨਕਰ ਕੋਲ ਅਕਲ ਨਹੀਂ ਹੁੰਦੀ। ਜਾਂ ਲਿਖਿਆ ਹੈ ਨਾ ਕਿ ਨਬੀ ਦੇ ਮੁਨਕਰ ਕੋਲ ਇਮਾਨ ਨਹੀਂ ਹੁੰਦਾ, ਉਸੇ ਬੰਦੇ ਇਹ ਲਿਖਿਆ ਕਿ ਵਲੀ ਦੇ ਮੁਨਕਰ ਕੋਲ ਅਕਲ ਨਹੀਂ ਹੁੰਦੀ। ਫਿਰ ਅੱਗੇ ਉਹਨੇ ਲਿਖਿਆ ਹੈ, ਇੱਕ ਤੋਲਾ ਇਲਮ ਹੋਵੇ ਅਤੇ ਮਨ ਅਕਲ ਚਾਹੀਦੀ ਤਾਂ ਇਹਦਾ ਸਹੀ ਇਸਤੇਮਾਲ ਕਰੇਗਾ। ਇਲਮ ਕੀ ਸ਼ਾਇਦ, ਇੱਕ ਹਥਿਆਰ ਹੈ, ਅਤੇ ਜਿਹਦੇ ਕੋਲ ਅਕਲ ਹੀ ਨਾ ਹੋਵੇ ਉਹਦੇ ਹੱਥ ਵਿੱਚ ਤੁਸੀਂ ਕਲਾਸ਼ਨ ਕੋ ਪਕੜਾ ਦਿਓ, ਇਹੋ ਉਮੀਦ ਰੱਖੋਗੇ ਕਿ ਉਹ ਦੁਸ਼ਮਣ ਦਾ ਹੀ ਨੁਕਸਾਨ ਕਰੇਗਾ। ਨਹੀਂ, ਉਹਦੇ ਕੋਲ ਅਕਲ ਹੀ ਕੋਈ ਨਹੀਂ, ਉਹ ਆਪਣਾ ਵੀ ਨੁਕਸਾਨ ਕਰ ਸਕਦਾ। ਇਲਮ ਤਾਂ ਕਿਤਾਬਾਂ 'ਚ ਮਿਲ ਜਾਂਦਾ, ਅਕਲ ਕਿੱਥੋਂ ਮਿਲੇ?
ਕਿਰਿਆਨੇ ਵਾਲੀ ਦੁਕਾਨ ਤੋਂ ਮਿਲੇ, ਕਿਸੇ ਮਾਰਕੀਟ 'ਚੋਂ ਮਿਲੇ, ਅੱਲਾਹ ਵਾਲਿਆਂ ਕੋਲ ਮਿਲੇ। ਦੂਰ ਗਸ਼ਤੀ ਅਦ ਹਜ਼ੂਰੇ ਔਲੀਆ, ਦਰ ਹਕੀਕਤ ਦੂਰ ਗਸ਼ਤੀ ਅਦ ਖੁਦਾ। ਜਿਹੜਾ ਖੁਦਾ ਦੇ ਵਲੀਆਂ ਕੋਲ ਦੂਰ ਰਹਿੰਦਾ, ਹਕੀਕਤ 'ਚ ਖੁਦਾ ਕੋਲ ਦੂਰ ਰਹਿੰਦਾ। ਮੌਲਾਨਾ ਰੂਹ ਫਰਮਾਉਂਦੇ ਨੇ, ਜ਼ਹਰਾ ਪੀਰ ਪ੍ਰਸਤੀ ਹੈ, ਹਕੀਕਤ ਮੈਂ ਖੁਦਾ ਪ੍ਰਸਤੀ। ਅਗਰ ਤੂੰ ਵੇਖਣਾ ਹੋਵੇ ਮੇਰੇ ਸੀਨੇ ਵਿੱਚ ਅੱਲਾਹ ਦੀ ਮੁਹੱਬਤ ਕਿਤਨੀ, ਅੱਲਾਹ ਤਾਂ ਨਜ਼ਰ ਹੀ ਨਹੀਂ ਆਉਂਦਾ। ਮੌਲਾਨਾ ਰੂਹ ਫਰਮਾਉਂਦੇ ਨੇ, ਆਪਣੇ ਪੀਰ ਦੀ ਮੁਹੱਬਤ ਸੀਨੇ 'ਚ ਵੇਖ ਲਓ। ਜਿਤਨੀ ਮੁਹੱਬਤ ਪੀਰ ਦੀ ਤੇਰੇ ਸੀਨੇ 'ਚ ਹੈ ਨਾ, ਇਹ ਅੱਲਾਹ ਦੀ ਮੁਹੱਬਤ ਹੈ। ਹਜ਼ਰਤ ਮੌਲਾਨਾ ਰੂਮ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਇੱਕ ਬੰਦਾ ਉਹ ਲੱਕੜੀਆਂ ਚੁੱਕ ਕੇ ਲਿਆਉਂਦਾ, ਆਪਣੇ ਬੱਚਿਆਂ ਦਾ ਪੇਟ ਪਾਲਦਾ। ਜੰਗਲ ਦੇ ਵਿੱਚ ਸਵੇਰੇ ਸਵੇਰੇ ਗਿਆ, ਸਰਦੀ ਦਾ ਮੌਸਮ ਆ, ਉੱਥੇ ਬਹੁਤ ਬੜਾ ਅਸਦਹਾ, ਵੱਡਾ ਸੱਪ ਉਹ ਪਿਆ ਹੈ, ਉਹ ਹਲਦਾ ਜੁਲਦਾ ਹੀ ਨਹੀਂ, ਉਹ ਤਾਂ ਸਰਦੀ ਤੋਂ ਠਠਰਿਆ ਪਿਆ। ਇਸ ਬੰਦੇ ਸਮਝਿਆ ਮਰਿਆ ਪਿਆ, ਇਸ ਕੀ ਕੰਮ ਕੀਤਾ, ਡੱਗੇ ਲਿਆ ਕੇ ਅਤੇ ਉਹਦੇ ਮਗਰ ਪਾ ਕੇ ਅਤੇ ਜਾ ਕੇ ਪਿੰਡ ਦੇ ਵਿੱਚ ਚੌਕ 'ਤੇ ਰੱਖ ਦਿੱਤਾ ਅਤੇ ਲੋਕਾਂ ਨੂੰ ਆਖਿਆ ਮੈਂ ਸਾਰੀ ਰਾਤ ਇਹਨੂੰ ਮਾਰਦਾ ਰਿਹਾ, ਬੜੀ ਮੁਸ਼ਕਲ ਨਾਲ ਮੈਂ ਇਹਨੂੰ ਮਾਰਿਆ। ਆਪਣੀ ਜਵਾਂ ਮਦਰੀ ਦੱਸ ਮਰਦੀ ਦੱਸਦਾ ਪਿਆ, ਆਪਣੀ ਬਹਾਦਰੀ ਦੱਸਦਾ ਪਿਆ। ਲੋਕ ਇਕੱਠੇ ਹੋ ਗਏ, ਉਹਨੂੰ ਇਨਾਮ ਪੇ ਦਿੰਦੇ ਨੇ, ਯਾਰ ਤੂੰ ਤਾਂ ਬੜਾ ਮਹਾਦਰ, ਪਲੰਗੋ ਅਜ਼ਦਹਾ ਮਾਰਾ ਤੋਂ ਕਿਆ ਮਾਰਾ, ਬੜੇ ਮੂਜ਼ੀ ਕੋ ਮਾਰਾ, ਅਗਰ ਨਫਸ ਅਮਾਰਾ ਕੋ ਮਾਰਾ। ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਇਹ ਨਫਸ ਦਾ ਮਾਰਨਾ ਔਖਾ ਹੈ। ਉਤਨੇ ਚਿਰ ਨੂੰ ਸੂਰਜ ਨਿਕਲ ਆਇਆ, ਉਹ ਸੱਪ ਨੂੰ ਧੁੱਪ ਲੱਗੀ, ਉਹਦੀ ਉਹ ਸਰਦੀ ਹਟੀ, ਉਹਨੇ ਕਰਵਟ ਲਈ, ਇਹਨੂੰ ਦੰਦਕਣ ਪੈ ਗਿਆ। ਜੇ ਉੱਥੇ ਜ਼ਿੰਦਾ ਹੋ ਜਾਂਦਾ ਮੈਂ ਤਾਂ ਸਮਝਿਆ ਮਰ ਗਿਆ, ਉੱਥੇ ਜ਼ਿੰਦਾ ਹੋ ਜਾਂਦਾ ਤਾਂ ਮੈਂ ਤਾਂ ਖਤਮ ਹੋ ਜਾਣਾ। ਮੌਲਾਨਾ ਰੂਮ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਜਦੋਂ ਕਈ ਫਕੀਰ ਆਪਣੇ ਬਜ਼ੁਰਗੀ ਸੋਭਤ ਜਾਂਦੇ ਨੇ ਚੰਦ ਦਿਨ ਰਮਣ ਨਾਲ, ਇਹਨਾਂ ਨੂੰ ਮਹਿਸੂਸ ਹੁੰਦਾ ਕਿ ਹੁਣ ਮੇਰਾ ਨਫਸ ਸਿਰ ਨਹੀਂ ਉਠਾਵੇਗਾ, ਗੁਨਾਹ ਛੱਡ ਦਿੰਦੇ ਨੇ। ਤਬਲੀਗ ਦਾ ਸ਼ੌਕ ਹੁੰਦਾ ਹੈ, ਨੇਕੀਆਂ ਦਾ ਸ਼ੌਕ ਹੁੰਦਾ ਹੈ। ਜਿਸੇ ਬਜ਼ੁਰਗ ਕੋਲੋਂ ਦੂਰ ਹੁੰਦੇ ਨੇ, ਫਿਰ ਉਹ ਦੁਨੀਆ ਦਾ ਸੂਰਜ ਚੜ੍ਹਦਾ ਹੈ ਅਤੇ ਫਿਰ ਹੀ ਇਹਨਾਂ ਨੂੰ ਉਹ ਛਾਵਾਂ ਪਾਉਂਦੀਆਂ ਨੇ, ਇਹ ਫਿਰ ਅਗਲੀਆਂ ਹਰਕਤਾਂ 'ਤੇ ਆ ਜਾਂਦੇ ਨੇ। ਇਹਨਾਂ ਨੂੰ ਮੁਗਾਲਤਾ ਹਾ ਕਿ ਹੁਣ ਤਾਂ ਸਾਡਾ ਨਫਸ ਸਾਡੇ ਕਾਬੂ ਆ ਗਿਆ, ਇਹ ਤਾਂ ਸਰਦੀ ਦਾ ਕਮਾਲ ਆ। ਅਗਰ ਸਾਡਾ ਨਫਸ ਥੋੜ੍ਹਾ ਜਿਹਾ ਕੰਟਰੋਲ 'ਚ ਹੁੰਦਾ, ਇਹ ਤਾਂ ਸੋਭਤ ਦਾ ਕਮਾਲ। ਛੋਟੇ ਛੋਟੇ ਬੱਚੇ, ਨੌਜਵਾਨ ਬੱਚੇ ਕਈ ਮੇਰੇ ਕੋਲ ਆਉਂਦੇ ਨੇ, ਮੈਂ ਜੀ ਗੁਨਾਹ ਛੱਡਣਾ ਚਾਹੁੰਦਾ, ਮੈਂ ਕਦੋਂ ਆਉਣਾ ਨਾ ਛੱਡ ਆਉਂਦਾ ਜੀ, ਛੁੱਟਦੇ ਨੇ। ਇਹਦਾ ਮਤਲਬ ਉਹਨਾਂ ਤਜਰਬਾ ਕੀਤਾ, ਅਸਾਂ ਤਾਂ ਕਦੇ ਕੀਤਾ ਹੀ ਨਹੀਂ। ਹਾਂ ਕੀ ਗੱਲ ਹੈ, ਅੱਲਾ ਗਫੂਰ ਰਹੀਮ, ਇਹੋ ਗੱਲ ਹੈ। ਇੱਕ ਬਾਦਸ਼ਾਹ ਉਜਸ ਸ਼ਰਾਬ ਪੀਵੇ ਕਰੇ ਨਾ, ਤੂੰ ਗਫਾਰ ਹੈ ਤੂੰ ਸੱਤਾਰ ਹੈ ਤੂੰ ਗਫਾਰ ਹੈ ਤੂੰ ਸੱਤਾਰ ਹੈ ਪੀ ਜਾਵੇ। ਉਹਦਾ ਇੱਕ ਗੁਲਾਮ ਆ ਬੜਾ ਨੇਕ, ਉਹ ਸਿੱਕ ਦਿਨ ਬਾਦਸ਼ਾਹ ਨੂੰ ਆਖਿਆ ਤੁਸੀਂ ਜੀ ਹੁਣ ਅੱਜ ਆਹ ਪੜ੍ਹ ਕੇ ਪੀਣਾ, ਤੂੰ ਜੱਬਾਰ ਹੈ ਤੂੰ ਕਹਾਰ ਹੈ ਤੂੰ ਜੱਬਾਰ, ਇਹ ਵੀ ਅੱਲਾ ਦੇ ਨਾਂ ਹੀ ਨੇ। ਜਿਸ ਬਾਦਸ਼ਾਹ ਬੋਤਲ 'ਚੋਂ ਸ਼ਰਾਬ ਪਾਈ ਅਤੇ ਆਉਂਦਾ ਤੂੰ ਜੱਬਾਰ ਹੈ ਤੂੰ ਕਹਾਰ ਹੈ, ਹੱਥ ਕੰਬਣ ਲੱਗ ਪਏ, ਗਿਲਾਸ ਡਿੱਗ ਪਿਆ, ਉਹ ਟੁੱਟ ਗਿਆ। ਉਹ ਜੋ ਗਫੂਰ ਰਹੀਮ ਨੇ, ਉਹ ਰਾਜ਼ਕ ਨੇ, ਕੰਮ 'ਤੇ ਕਿਉਂ ਜਾਂਦੇ ਹੋ? ਇਹ ਤਾਂ ਨਫਸ ਦਾ ਧੋਖਾ ਹੈ, ਤੈਨੂੰ
ਗੁੰਮਰਾਹ ਕਰਦਾ ਪਿਆ। ਉਹਨੂੰ ਆਖ ਜੀ ਅੱਲਾ ਰਾਜ਼ਕ ਹੈ ਨਾ, ਗਫੂਰ ਰਹੀਮ ਹੈ ਤਾਂ ਰਾਜ਼ਕ ਵੀ ਹੈ, ਕੰਮ ਦੀ ਵਾਰੀ ਦਾ ਤੂੰ ਥੱਕਦਾ ਨਹੀਂ, ਨਮਾਜ਼ਾਂ ਦੀ ਪਰਵਾਹ ਵੀ ਨਹੀਂ ਕਰਦਾ, ਰੋਜ਼ੀ ਕੌਣ ਦਿੰਦਾ ਹੈ, ਆਉਣਾ ਨਹੀਂ ਹੈ ਤੂੰ ਰੋਜ਼ੀ ਅੱਲਾ ਦਿੰਦਾ, ਕਾਰੋਬਾਰ ਸੁੰਨਤ ਹੈ, ਨਾ ਵੀ ਕਰੋਗੇ ਤਾਂ ਗੁਨਾਹ ਕੋਈ ਨਹੀਂ, ਰੋਜ਼ੀ ਤਾਂ ਅੱਲਾ ਦਿੰਦਾ ਹੈ ਨਾ, ਇਹ ਨਹੀਂ ਕਿ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦਾ ਹੈ ਅਤੇ ਨਾ ਕਰਨ ਵਾਲਿਆਂ ਨੂੰ ਦਿੰਦਾ ਹੀ ਨਹੀਂ, ਮੁਸਲਮਾਨਾਂ ਨੂੰ ਦਿੰਦਾ ਹੈ ਅਤੇ ਕਾਫਰਾਂ ਨੂੰ ਦਿੰਦਾ ਹੀ ਨਹੀਂ ਜਿਹੜੇ ਖੁਦਾ ਨੂੰ ਮੰਨਦੇ ਹੀ ਨਹੀਂ, ਉਹ ਤਾਂ ਰੋਜ਼ੀ ਉਹਨਾਂ ਨੂੰ ਵੀ ਦਿੰਦਾ। ਰੱਬ ਪੱਥਰੀ ਪਾਲਦਾ ਕੀੜਿਆਂ ਨੂੰ, ਰੋਜ਼ੀ ਦੇਣ ਦਾ ਜਿਨ ਇਨਸਾਨ ਤਾਂ, ਇਮਾਮ ਬੁਖਾਰੀ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਸਭ ਤੋਂ ਆਸਾਨ ਤਰੀਕਾ ਅੱਲਾ ਨੂੰ ਮਿਲਣ ਦਾ ਇਹ ਪੀਰੋ ਮੁਰਸ਼ਦ ਵਾਲਾ ਤਰੀਕਾ ਹੀ ਹੈ, ਰਸਤੇ ਉਤਨੇ ਨੇ ਜਿਤਨੇ ਬੰਦੇ ਦੇ ਜਿਸਮ 'ਤੇ ਵਾਲ ਨੇ, ਇਹ ਦੋ ਵੀ ਜ਼ਿਆਦਾ ਨੇ ਅੱਲਾ ਨੂੰ ਮਿਲਣ ਦੇ ਰਸਤੇ, ਪਰ ਸਭ ਤੋਂ ਆਸਾਨ ਤਰੀਕਾ ਪੀਰੋ ਮੁਰਸ਼ਦ ਦੀ ਸੋਹਬਤ, ਕਿਸੇ ਕਾਮਲ ਪੀਰ ਦੇ ਨਾਲ ਤੱਲਕ। ਕੀੜੀ ਇੱਕ ਨੂੰ ਖਿਆਲ ਆਇਆ ਕਿ ਮੈਂ ਬੈਤੁੱਲਾ ਸ਼ਰੀਫ ਜਾਵਾਂ, ਫਿਰ ਸੋਚਦੀ ਹੈ ਮੇਰੀ ਜਾਨ ਕਮਜ਼ੋਰ ਹੈ, ਗਰਮੀ ਹੈ, ਰੇਤਲੇ ਸਫ਼ਰ ਨੇ, ਦਰਿਆ ਹੈ, ਮੈਂ ਕਿਵੇਂ ਜਾਵਾਂ, ਲੇਕਿਨ ਹੁਣ ਤੜਫ ਆਈ। ਇੱਕ ਦਿਨ ਹਰਮ ਸ਼ਰੀਫ ਦੇ ਕਬੂਤਰ ਆ ਗਏ ਚੁੱਗਣ, ਚੁੱਗਦੇ ਰਹੇ ਅਸਰ ਦੇ ਟਾਈਮ ਕੋਲ, ਇੱਕ ਦੂਜੇ ਨੂੰ ਆਉਂਦੇ ਨੇ ਯਾਰ ਬੈਤੁੱਲਾ ਸ਼ਰੀਫ ਦੂਰ ਹੈ, ਹੁਣ ਆਪਾਂ ਉੱਡਣਾ ਚਲੀਏ। ਉਹ ਕੀੜੀ ਨੇ ਸੁਣ ਲਿਆ, ਉਹ ਕੀੜੀ ਦੌੜ ਕੇ ਕਬੂਤਰ ਦੀ ਲੱਤ ਨਾਲ ਚਿਮਟ ਗਏ। ਹੁਣ ਕਬੂਤਰ ਨੂੰ ਤਾਂ ਪਤਾ ਵੀ ਨਹੀਂ ਲੱਗਾ, ਅਤੇ ਜਿਹੜੀ ਰਫ਼ਤਾਰ ਨਾਲ ਕਬੂਤਰ ਗਏ, ਕੀੜੀ ਉਸ ਰਫ਼ਤਾਰ ਨਾਲ ਚਲੀ ਗਈ। ਬੈਤੁੱਲਾ ਸ਼ਰੀਫ ਵਿੱਚ ਕਬੂਤਰ ਉਤਰੇ ਤਾਂ ਕੀੜੀ ਵੀ ਉਤਰ ਗਈ। ਐਵੇਂ ਜਦੋਂ ਕਾਮਲ ਪੀਰ ਪ੍ਰਵਾਸ ਕਰਦਾ, ਉਵੇਂ ਮੁਰੀਦਾਂ ਨੂੰ ਘਰ ਬੈਠਿਆਂ ਫੈਜ਼ ਮਿਲ ਜਾਂਦਾ, ਪਰ ਤਲਕ ਮਜ਼ਬੂਤ ਹੋਵੇ, ਡਾਵਾਂ ਡੋਲ ਨਾ ਹੋਵੇ। ਬੱਚਾ ਪੜ੍ਹ ਰਿਹਾ ਨਾ, ਪੀਰ ਸੱਜਣ ਨਾਲ ਲਾਈਆਂ ਤੋੜ ਨਿਭਾਵਾਂਗੇ, ਇਹ ਦਰ ਛੱਡ ਕੇ ਹੋਰ ਕਿੱਧਰ ਨਾ ਜਾਵਾਂ। ਜਿਤਨਾ ਅਕੀਦਾ ਮਜ਼ਬੂਤ ਹੋਵੇ ਨਾ, ਉਤਨਾ ਫੈਜ਼ ਜ਼ਿਆਦਾ ਮਿਲਦਾ, ਅਤੇ ਜੇ ਪੀਰ 'ਤੇ ਅਕੀਦਾ ਨਾ ਹੋਵੇ ਫਿਰ ਫੈਜ਼ ਨਹੀਂ ਮਿਲਦਾ, ਅਤੇ ਬਜ਼ੁਰਗ ਵੀ ਉਹਨੂੰ ਹੋਰ ਪੈਂਡੇ ਪਾਈ ਰੱਖਦਾ, ਉਹਦੇ ਕੋਲ ਹੋਰ ਹੋਰ ਗੱਲਾਂ ਕਰਦਾ, ਉਹਦਾ ਸ਼ੱਕ ਮਜ਼ਬੂਤ ਹੋ ਜਾਂਦਾ। ਜਿਹਦਾ ਸ਼ੱਕ ਇਹ ਹੋ ਜਾਵੇ ਨਾ ਕਿ ਜਿਵੇਂ ਵੀ ਹੈ ਮੇਰਾ ਪੀਰ, ਪੀਰ ਮਿੱਠਾ ਸਾਈਂ ਰਹਿਮਤੁੱਲਾ ਅਲੈਹ ਨੂੰ ਲੋਕ ਆਉਂਦੇ ਹਨ, ਤੇਰਾ ਪੀਰ ਤਾਂ ਦੇਹਬੰਦੀ, ਉਸਦਾ ਕਿਹਾ ਮੈਂ ਪਕੜਨ ਲੱਗੇ ਵੇਖਿਆ, ਦੇਹਬੰਦੀ ਨਹੀਂ ਵਾਬੀ ਨਹੀਂ ਸ਼ੀਆ ਨੇ, ਅਗਰ ਮੇਰਾ ਪੀਰ ਵਾਬੀ ਹੁੰਦਾ ਤਾਂ ਮੈਂ ਵਾਬੀ ਹੋ ਜਾਣਾ, ਅਗਰ ਮੇਰਾ ਪੀਰ ਦੇਹਬੰਦੀ ਹੁੰਦਾ ਤਾਂ ਮੈਂ ਦੇਹਬੰਦੀ ਹੋ ਜਾਣਾ। ਆਂਚ ਸਾਲਕ ਰਾਹ ਰਸਾਨ ਦੱਬਾ ਮੁਰਾਦ, ਇਹ ਤਕਾ ਦੋ ਇਹ ਤਕਾ ਦੋ ਇਹ ਤਕਾ। ਪੀਰ ਜਮਾਤ ਅਲੀ ਸ਼ਾਹ ਸਾਹਿਬ ਇੱਕ ਕਿਤਾਬ ਲਿਖੀ ਹੈ ਸ਼ਾਇਦ, ਜਾਂ ਚੂਰੇ ਵਾਲਿਆਂ ਲਿਖੀ, ਮੈਂ ਪੜ੍ਹਿਆ ਹੁੰਦਾ। ਇੱਕ ਮੁਰੀਦ ਕਿਸੇ ਕਾਮਲ ਪੀਰ ਦਾ ਤਜਾਰਤ ਨੂੰ ਗਿਆ, ਤਜਾਰਤ ਕਰਕੇ ਸਮਾਨ ਜਹਾਜ਼ 'ਚ ਰੱਖਿਆ ਹੈ, ਸਮੁੰਦਰ ਦੇ ਵਿੱਚੋਂ ਆਉਂਦਾ ਪਿਆ, ਜਹਾਜ਼ ਡੋਲਣ ਲੱਗ ਪਿਆ, ਆਪਣੇ ਪੀਰ ਨੂੰ ਪੁਕਾਰਦਾ, ਸਰਕਾਰੇ ਮਦੀਨਾ ਦਾ ਹੱਥ ਨਿਕਲਿਆ ਪਾਣੀ 'ਚੋਂ, ਮੈਂ ਸਰਕਾਰੇ ਮਦੀਨਾ ਹਾਂ, ਮੇਰਾ ਹੱਥ ਪਕੜ ਲਾ, ਮੈਂ ਜਹਾਜ਼ ਨੂੰ ਕਿਨਾਰੇ ਲਾ ਦੇਣ। ਉਸ ਮੁਰੀਦ ਨੇ ਆਖਿਆ ਨਹੀਂ, ਮੈਂ ਨਹੀਂ ਪਕੜਨਾ, ਮੈਂ ਤਾਂ ਆਪਣੇ ਪੀਰ ਦਾ ਪਕੜਨਾ।
ਜਿਹਦੇ ਹੱਥਾਂ 'ਚ ਮਾਸ ਦਿੱਤੇ ਹਨ। ਮੁੜ ਉਹਦੇ ਦਾਦਾ ਪੀਰ ਦਾ ਨਿਕਲਿਆ, ਉਸ ਮੁਰੀਦ ਨੇ ਉਹ ਜਵਾਬ ਦਿੱਤਾ, ਮੁੜ ਅਖੀਰ 'ਤੇ ਉਹਦੇ ਪੀਰ ਦਾ ਨਿਕਲਿਆ, ਮੁੜ ਉਸ ਪਕੜ ਲਿਆ, ਜਹਾਜ਼ ਬਾਹਰ ਆ ਗਿਆ। ਹੁਣ ਉਸ ਮੁਰੀਦ ਨੂੰ ਇਹ ਪਰੇਸ਼ਾਨੀ ਲੱਗ ਗਈ, ਮੈਂ ਤਾਂ ਗਲਤ ਕਰ ਬੈਠਾ, ਮੈਂ ਸਰਕਾਰੇ ਮਦੀਨਾ ਦਾ ਹੱਥ ਵੀ ਨਾ ਪਕੜਿਆ, ਆਪਣੇ ਦਾਦਾ ਪੀਰ ਦਾ ਵੀ ਨਾ ਪਕੜਿਆ, ਅਤੇ ਇਹ ਤਾਂ ਮੇਰਾ ਪੀਰ ਵੀ ਨਿਰਾਜ਼ ਹੋ ਜਾਣਾ। ਗਿਆ, ਗੱਲ ਸੁਣਾਈ, ਆਪਦੇ ਪੀਰ ਨੇ ਫਰਮਾਇਆ, ਹੁਣ ਵੀ ਤੈਨੂੰ ਉਹ ਨਹੀਂ ਕੱਢਿਆ, ਤੈਨੂੰ ਅਜ਼ਮਾਉਂਦੇ ਰਹੇ ਨੇ, ਤੇਰਾ ਅਕੀਦਾ ਕਵੀ ਨਿਕਲਿਆ, ਹੁਣ ਵੀ ਉਹ ਨਹੀਂ ਕੱਢਿਆ। ਤੇ ਆਪਣੇ ਪੀਰ ਨਾਲ ਅਕੀਦਾ ਮਜ਼ਬੂਤ ਰੱਖੋ, ਇਨਸ਼ਾ ਅੱਲਾਹ ਤਾਲਾ ਉਸ ਇਨਸਾਨ ਨੂੰ ਕਮੀ ਨਹੀਂ ਰਹਿੰਦੀ। ਤਾਂ ਜਦੋਂ ਛੱਡ ਬੰਦਾ ਮੁੜ ਨੂੰ ਫਾਇਦਾ ਨਹੀਂ ਹੁੰਦਾ। ਅਗਲੇ ਬਜ਼ੁਰਗ ਵੀ ਆਉਂਦੇ ਨੇ, ਇਹ ਤਾਂ ਜੋਗੀ ਦੀ ਕੁੱਤੀ, ਇਹਨੂੰ ਇਸ ਪਾਸੇ ਲਾਉਣ ਵਾਲਾ ਕੌਣ ਆ, ਉਧਰੂ ਇੱਧਰ ਆ ਗਿਆ, ਕੱਲ੍ਹ ਨੂੰ ਇੱਧਰੂ ਛੱਡ ਕੇ ਅਗਾਂਹ ਚਲਾ ਜਾਵੇ। ਨਹੀਂ ਦੋਸਤੋ, ਕੋਈ ਵੀ ਖਲੀਫਾ ਹੋਇਆ ਹੈ ਉਹ ਆਪਣੇ ਪੀਰ ਕੋਲ ਲਿਜਾਂਦਾ ਰਿਹਾ ਨਾ, ਅਤੇ ਲੋਕ ਤਰੱਕੀਆਂ ਕਰ ਗਏ, ਅਤੇ ਜੇ ਛੱਡ ਕੇ ਗਏ ਤਾਂ ਮੁੜ ਤਰੱਕੀ ਨਹੀਂ ਹੁੰਦੀ, ਉਹ ਅਗਲਾ ਸੌਦਾ ਵੀ ਚਲਾ ਜਾਂਦਾ ਹੈ। ਇੰਝ ਹੀ ਖੁਦਾਵੰਦ ਕਰੀਮ ਸਾਨੂੰ ਇਸਤਕਾਮਤ ਦੇਵੇ, ਆਪਣੇ ਪੀਰ ਨਾਲ ਮੁਹੱਬਤ ਰੱਖੀਏ, ਉਹਨਾਂ ਦਾ ਸਿਲਸਿਲਾ ਆਲੀਆ ਜਿਹੜਾ ਹੈ ਨਾ, ਉਹਦੀ ਇਸ਼ਾਅਤ ਕਰੋ। ਹੁਣ ਫਕੀਰ ਜਾਂਦੇ ਨੇ ਤਬਲੀਗ ਨੂੰ, ਅਤੇ ਕਿਤਨੀ ਕਿਤਨੀ ਤਬਲੀਗ ਕਰਕੇ ਆਉਂਦੇ ਨੇ, ਕਿਤਨਿਆਂ ਪਿੰਡਾਂ 'ਚ ਫਿਰ ਕੇ ਆਉਂਦੇ ਨੇ, ਅਤੇ ਫਿਰ ਦੱਸਦੇ ਨੇ ਜੀ ਉਹ ਬੜਾ ਫਾਇਦਾ ਹੋਇਆ। ਫਾਇਦਾ ਤਾਂ ਹੋਣਾ ਹੈ ਨਾ, ਜਿਨ੍ਹਾਂ ਦੇ ਫੈਜ਼ ਹੈ, ਜੋ ਕੁਛ ਜਿਹੜੇ ਮਾਲਕ ਨੇ ਅਸਲ, ਉਹ ਰਾਜ਼ੀ ਹੋਣਗੇ ਤਾਂ ਫਾਇਦਾ ਹੋਵੇਗਾ। ਤਬਲੀਗ ਕਰੋ, ਜੁਮੇ 'ਤੇ, ਯਾਰਵੀਂ 'ਤੇ, ਜਿਹੜਾ ਕੋਈ ਜਲਸਾ ਹੋਵੇ ਉੱਥੇ ਜਾਓ, ਆਇਆ ਗਿਆ ਕਰੋ। ਜਿਹੜਾ ਗੁਨਾਹ ਤੁਸੀਂ ਸਮਝਦੇ ਹੋ ਉਹਨੂੰ ਛੱਡ ਦਿਓ। ਦਾੜੀ ਮਨਾਉਣਾ, ਸਿਗਰਟਾਂ ਪੀਣੀਆਂ, ਚਰਸ ਪੀਣਾ, ਅੱਜ ਇੱਕ ਬੰਦਾ ਉਹਦੀ ਬੀਵੀ ਉਹਦੇ ਕੋਲ ਆਖਿਆ, ਇਹ ਜੀ ਸਿਗਰਟਾਂ ਨਹੀਂ ਛੱਡਦਾ, ਅਤੇ ਹੈ ਵੀ ਉਹ ਮੁਹੱਬਤ ਵਾਲਾ ਫਕੀਰ, ਦਾੜੀ ਪੂਰੀ, ਪਗੜੀ ਟੋਪੀ, ਅਤੇ ਮਾਨ ਵਾਖਾ ਇਹਦੇ ਚੁੱਕੀ ਤੁਨ ਲੱਭਦਾ, ਬਦਾਮ ਪੀ ਲਿਆ ਕਰ, ਦੁੱਧ ਪੀ ਲਿਆ ਕਰ, ਉਹ ਇਹਨਾਂ ਸਿਗਰਟਾਂ ਨਾਲ ਉਹ ਸਸਤਾ ਹੁੰਦਾ। ਐਡਾ ਤੂੰ ਜਵਾਨ ਹੈ, ਅਤੇ ਸੁਣਿਆ ਪੁਲਿਸਾਂ ਤੇਰੇ ਮਗਰ ਆਉਂਦੀਆਂ ਹਨ, ਅਤੇ ਪੁਲਿਸਾਂ ਤੇਰਾ ਕੁਝ ਨਾ ਵਿਗਾੜ ਸਕੀਆਂ, ਅਤੇ ਮੇਰੇ ਪੀਰ ਦੀ ਤਾਂ ਇੱਕ ਉਂਗਲ ਵੀ ਬਰਦਾਸ਼ਤ ਨੋ ਕੀਤੀ। ਹੁਣ ਬੰਦਾ ਬਣ ਕੇ ਛੱਡਣੀਆਂ ਨਹੀਂ ਕਿ ਫਿਰ ਤੇਰੀ ਤਫਸੀਸ਼ ਕਰਨੀ ਪਵੇਗੀ। ਉਸ ਆਖਿਆ ਜੀ ਦੁਆ ਕਰੋ, ਐਂਝ ਮੈਂ ਅੱਗੇ ਕਦੇ ਵੀ ਨਹੀਂ ਸਮਝਿਆ ਜਿਵੇਂ ਤੁਸੀਂ ਅੱਜ ਸਮਝ ਆਇਆ। ਬਦਾਮ ਸਸਤੇ ਨੇ, ਸਿਗਰਟਾਂ ਸਸਤੀਆਂ ਨੇ, ਤੁਸੀਂ ਕਦੋਂ ਪਿਆ ਦਿਓ ਵੀ ਸਾਡੇ ਇੱਥੇ ਖਜ਼ਾਨੇ 'ਚ ਪਾ, ਉਹ ਤਾਂ ਖਜ਼ਾਨਾ ਹੀ ਕੋਈ ਨਹੀਂ, ਸਾਡੀ ਖਿਦਮਤ ਕਰ ਕੋਈ ਨਹੀਂ। ਉਸ ਅੱਗੇ ਮੈਂ ਹੁਣ ਕੋਸ਼ਿਸ਼ ਕਰਸਾਂ, ਹੁਣ ਦੁਆ ਕਰਿਆ, ਮਤਲਬ ਜੇ ਤੂੰ ਕੋਸ਼ਿਸ਼ ਕੀਤੀ ਇਨਸ਼ਾਅੱਲਾ ਮੇਰਾ ਪੀਰ ਮਦਦ ਕਰੇਗਾ। ਜਿਤਨੇ ਨੇ ਇੱਥੇ ਬੈਠੇ ਹੋ ਸਿਗਰਟਾਂ ਪੀਣ ਵਾਲੇ, ਉਹਨੂੰ ਜਵਾਬ ਸਹੀ ਨਹੀਂ ਆਇਆ ਤਾਂ ਤੁਸੀਂ ਦੱਸ ਲਓ ਕੀ ਲੱਭਦਾ ਸਿਗਰਟਾਂ, ਆਪਣੀ ਬੀਵੀ ਨੂੰ ਦੇ ਖਰਚਾ, ਬੱਚਿਆਂ ਨੂੰ ਦੇ। ਬਿਹਤਰੀਨ ਸਦਕਾ ਆਪਣੀ ਬੀਵੀ ਬੱਚਿਆਂ 'ਤੇ ਖਰਚਾ ਕਰਨ। ਸ਼ੈਤਾਨ ਨੇ ਆਖਿਆ ਸੀ, ਯਾ ਅੱਲਾ, ਮੈਂ ਇਹਨਾਂ ਬੰਦਿਆਂ ਕੋਲ ਜਿਹੜੇ ਪੁੱਠੇ ਕੰਮ ਹੋਏ ਇਹਨਾਂ ਨੂੰ ਸੋਹਣੇ ਕਰਕੇ ਦੱਸਾਂਗਾ, ਅਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਜਹੰਮ ਵਿੱਚ ਜਾਵਾਂ। ਅੱਲਾਹ ਤਾਲਾ ਫਰਮਾਉਂਦੇ ਨੇ, ਫੀ ਐਹੀ ਸੂਰਤ ਮੈਂ ਸ਼ਾਹ ਰੱਖਾ ਬਕ, ਜਿਸ ਤਰ੍ਹਾਂ ਮੈਂ ਚਾਹਿਆ ਤੈਨੂੰ ਉਂਝ ਬਣਾਇਆ ਹੈ। ਦੱਸ ਇਹਦੇ 'ਚ ਕੋਈ ਖਾਮੀ ਹੈ? ਤੂੰ ਆਉਂਦਾ ਦਾੜੀ ਖਾਮੀ, ਦਾੜੀ ਮੁਨਾਇਆ ਸੋਹਣਾ ਬਣ ਜਾਂਦਾ। ਅੱਲਾਹ ਤਾਲਾ ਚੈਲੰਜ ਪਿਆ ਕਰਦੇ ਨੇ, ਅੱਖਾਂ ਇੱਥੇ ਸੋਹਣੀਆਂ ਲੱਗਦੀਆਂ ਨੇ ਜਾਂ ਮੋਢਿਆਂ 'ਤੇ, ਨੱਕ ਇੱਥੇ ਸੋਹਣਾ ਲੱਗਦਾ ਜਾਂ ਗੋਡਿਆਂ 'ਤੇ, ਉਹ ਦਾੜੀ ਕਮਲਿਆ ਇੱਥੇ ਸੋਹਣੀ ਲੱਗਦੀ।
ਕੋਈ ਜ਼ਮਾਨਾ ਇਹ ਹੁੰਦਾ ਕਿ ਮੁਸਲਮਾਨ ਦਾੜੀ ਦੀ ਹੱਦ 'ਚ ਆਉਂਦਾ ਹੁੰਦਾ, ਮੇਰੀ ਇਹ ਦਾੜੀ ਮੁੱਲ ਵੀ ਜਿਹਾ ਕੰਮ ਮੈਂ ਨਾ ਕਰਾਂ। ਇਹ ਕਿਉਂ ਮਨਾਉਣ ਲੱਗ ਪਿਆ ਮੁਸਲਮਾਨ? ਇਹ ਤਾਂ ਬੜੇ ਸਖਤ ਹਨ ਇਸ ਮਾਮਲੇ। 99 ਸਾਲ ਅੰਗਰੇਜ਼ ਦੀ ਗੁਲਾਮੀ ਵਿੱਚ ਰਹੇ, ਉਹਨੂੰ ਪਤਾ ਲੱਗਾ ਜੇ ਮੈਂ ਆਖਾਂ ਨਾ ਵੀ ਦਾੜੀ ਮੁਨਾ, ਕੁਰਾਨ ਪਾਕ ਦੀ ਸੂਰਾ ਤਹਿਰੀਮ ਹੈ, ਉਹਦਾ ਸ਼ਾਨ ਨਜ਼ੂਲ ਪੜਿਆ ਹੈ ਵੀ ਇਹ ਕਦੋਂ ਦੇ ਕਾਫਰ ਲੱਗੇ ਹੋਏ ਨੇ ਸਾਡੇ ਮਗਰ, ਨਬੀ ਪਾਕ ਦੀ ਮੁਹੱਬਤ ਦਿਲਾਂ ਵਿੱਚੋਂ ਕੱਢਣ ਵਾਸਤੇ। ਸੂਰਾ ਤਹਿਰੀਮ ਦਾ ਨਾਂ ਸੂਰਤ ਦਾ, ਉਹਦਾ ਸ਼ਾਨ ਨਜ਼ੂਲ ਪੜਿਆ, ਅੱਲਾਹ ਤਬਾਰਕ ਤਾਲਾ ਨੇ ਮੁਸਲਮਾਨਾਂ ਨੂੰ ਆਪਣੇ ਨਬੀ ਨਾਲ ਮੁਹੱਬਤ ਦਿੱਤੀ, ਉਹ ਲੋਕਾਂ ਮਸ਼ਵਰਾ ਕੀਤਾ ਇਹ ਬੰਦੇ ਵੀ ਥੋੜ੍ਹੇ ਨੇ, ਇਹਨਾਂ ਵਿੱਚੋਂ ਅਕਸਰ ਉਹ ਵੀ ਹਨ ਜਿਹੜੇ ਕੱਲ੍ਹ ਸਾਡੇ ਗੁਲਾਮ ਰਹੇ ਨੇ, ਅਤੇ ਇਹਨਾਂ ਕੋਲ ਹਥਿਆਰ ਵੀ ਪੂਰੇ ਨਹੀਂ, ਘੋੜੇ ਵੀ ਪੂਰੇ ਨਹੀਂ, ਅਤੇ ਇਹ ਮੁੜ ਵੀ ਜਿੱਤ ਜਾਂਦੇ ਨੇ। ਉਹਨਾਂ ਸਾਰਿਆਂ ਆਖਿਆ ਇਹਨਾਂ ਦੇ ਸੀਨੇ ਵਿੱਚ ਨਬੀ ਪਾਕ ਦੀ ਮੁਹੱਬਤ ਹੈ, ਜਿੱਤਣ ਦੀ ਮੁਹੱਬਤ ਨਾ ਨਿਕਲੇ ਉਦੋਂ ਤੀਕਰ ਇਹਨਾਂ ਨੂੰ ਅਸੀਂ ਫਤਿਹ ਨਹੀਂ ਕਰ ਸਕਦੇ। ਇਹ ਕੀ ਸਾਨੂੰ ਦੂਸਰੇ ਪਾਸੇ ਚਲਾ ਜਾਂਦਾ ਲੰਮਾ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ, ਇਹ ਦਾੜੀ ਨਬੀ ਪਾਕ ਦੀ ਮੁਹੱਬਤ ਦਾ ਦੱਸਦੀ ਨਿਸ਼ਾਨ ਕਿ ਇਸ ਬੰਦੇ ਨੂੰ ਹਜ਼ੂਰ ਨਾਲ ਮੁਹੱਬਤ ਹੈ। ਇਹ ਦਾੜੀ ਮਨਾਉਂਦੇ ਹੀ ਨਾ ਹੁੰਦੇ। ਅੰਗਰੇਜ਼ ਚਾਹੁੰਦਾ ਕਿ ਨਬੀ ਦੇ ਤਰੀਕੇ ਤੋਂ ਪਿੱਛਾ ਹਟਣ, ਆਖ ਸਕਦਾ ਨਾ ਮੁਸਲਮਾਨਾਂ ਨੂੰ ਇਹ ਗਲ ਪੈ ਜਾਂਦੇ ਹਨ। ਉਹਨੇ ਕੀ ਕੰਮ ਕੀਤਾ, ਇਹਨਾਂ ਦੇ ਸਾਹਮਣੇ ਆਪਣੀ ਦਾੜੀ ਮਨਾਉਣ ਲੱਗ ਪਿਆ। ਮਨਾਉਂਦਿਆਂ ਮਨਾਉਂਦਿਆਂ ਇਹਨਾਂ 'ਤੇ ਵੀ ਅਸਰ ਪੈ ਗਿਆ। ਚੋਰ ਕਿਵੇਂ ਚੋਰ ਬਣਦਾ? ਉਹ ਚੋਰਾਂ ਕੋਲ ਬੰਨ੍ਹਦਾ ਰਹਿੰਦਾ ਅਤੇ ਉਹ ਚੋਰ ਬਣ ਜਾਂਦਾ। ਆ ਨਸ਼ਈ ਕਿਵੇਂ ਬਣਦੇ ਨੇ? ਹੀਰ ਬਣਦੇ, ਚਰਸ ਦੇ, ਇਹ ਉਹਨਾਂ ਲੋਕਾਂ ਕੋਲ ਬੰਨ੍ਹਦੇ ਨੇ ਅਤੇ ਉਹ ਬਣ ਜਾਂਦੇ ਨੇ। ਅੰਗਰੇਜ਼ ਜਿਹੜਾ ਉਸ ਦਾੜੀ ਇਹਨਾਂ ਦੇ ਸਾਹਮਣੇ ਮਨਾਉਣੀ ਸ਼ੁਰੂ ਕਰ ਦਿੱਤੀ ਅਤੇ ਇਹ ਮੁਸਲਮਾਨ ਵੀ ਮਨਾਉਣ ਲੱਗ ਪਿਆ। ਜੇ ਅੰਗਰੇਜ਼ ਖੜ੍ਹਾ ਹੋ ਕੇ ਖਾਣਾ ਖਾਣ ਲੱਗ ਪਿਆ, ਇਹ ਵੀ ਖੜ੍ਹਾ ਹੋ ਕੇ ਖਾਣਾ ਖਾਣ ਲੱਗ ਪਏ। ਹਾਲਾਂਕਿ ਮੇਰੇ ਆਕਾ ਨੇ ਫਰਮਾਇਆ ਜਿਹੜਾ ਬੰਦਾ ਖੜ੍ਹਾ ਹੋ ਕੇ ਖਾਣਾ ਖਾਂਦਾ ਹੈ ਉਹਦੀ ਸ਼ਰੀਅਤ 'ਚ ਗਵਾਹੀ ਜਾਇਜ਼ ਨਹੀਂ, ਇਹ ਸਿਫਤ ਬਹੀਮੀ ਹੈ, ਇਹ ਡੰਗਰਾਂ ਦੀ ਸਿਫਤ ਹੈ। ਇਹ ਕਦੇ ਖੋਤਾ ਕੋ ਬਹਿ ਕੇ ਖਾਂਦਾ ਵੇਖਿਆ? ਮੱਝ ਕੋ ਬਹਿ ਕੇ ਖਾਂਦੀ ਵੇਖੀ? ਪੱਠੇ ਸੱਟੋ ਉਹਨਾਂ ਦੇ ਅੱਗੇ, ਜੋ ਬੈਠੇ ਵੀ ਹੋਵਣ ਤਾਂ ਖੜ੍ਹੇ ਹੋ ਜਾਂਦੇ, ਅਤੇ ਖੜ੍ਹਾ ਹੋ ਕੇ ਖਾਣਾ ਤਾਂ ਜਾਨਵਰਾਂ ਦੀ ਸਿਫਤ ਹੈ। ਮੌਲਾਨਾ ਰੂਮ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਇੱਕ ਅਯਾਲੀ ਆ, ਉਹ ਜੰਗਲ 'ਚ ਗਿਆ ਭੇਡਾਂ ਲੈ ਕੇ, ਉਹਨੂੰ ਇੱਕ ਸ਼ੇਰ ਦਾ ਬੱਚਾ ਹੀ ਮਿਲ ਗਿਆ। ਉਹਨੂੰ ਸ਼ੇਰ ਦੇ ਬੱਚੇ ਨੂੰ ਭੇਡਾਂ ਵਿੱਚ ਹੀ ਰੱਖਿਆ, ਭੇਡਾਂ ਵਿੱਚ ਹੀ ਉਹ ਜਵਾਨ ਹੋਇਆ। ਇੱਕ ਦਿਨ ਜੰਗਲ 'ਚ ਭੇਡਾਂ ਚੁੱਕਦੀਆਂ ਪਈਆਂ ਨੇ, ਇਹ ਸ਼ੇਰ ਵੀ ਜਵਾਨ ਹੋਇਆ ਹੈ। ਜੰਗਲ 'ਚੋਂ ਇੱਕ ਸ਼ੇਰ ਨਿਕਲਿਆ ਭੇਡਾਂ 'ਤੇ ਹਮਲਾ ਕਰਨ ਵਾਸਤੇ, ਉਹਨੇ ਕੀ ਵੇਖਿਆ ਕਿ ਇੱਕ ਸ਼ੇਰ ਵਿੱਚ ਉਹ ਵੀ ਡਰਦਾ ਦੌੜਿਆ ਜਾਂਦਾ। ਇਹਨੂੰ ਸ਼ਿਕਾਰ ਭੁੱਲ ਗਿਆ, ਇਹਨੂੰ ਇਹ ਗੈਰਤ ਆਈ ਵੀ ਇਹ ਸ਼ੇਰ ਹੋ ਕੇ ਅਤੇ ਇਹ ਵੀ ਬੁਜ਼ਦਿਲ ਬਣ ਗਿਆ। ਉਹ ਦੌੜਿਆ, ਉਹਨੇ ਆਣ ਕੇ ਸ਼ੇਰ ਨੂੰ ਪਕੜ ਲਿਆ। ਉਹ ਸ਼ੇਰ ਆਉਂਦਾ, ਉਹ ਤੂੰ ਤਾਂ ਸ਼ੇਰ ਹੈ, ਤੂੰ ਕਿਉਂ ਡਰ ਗਿਆ? ਉਹ ਆਉਂਦਾ, ਨਹੀਂ ਮੈਂ ਬੇਡ ਹਾਂ, ਤੂੰ ਮੈਨੂੰ ਧੋਖਾ ਦਿੰਦਾ ਪਿਆ, ਮੈਂ ਬੇਡ ਹਾਂ। ਉਹ ਸ਼ੇਰ ਉਹਨੂੰ ਪਕੜ ਕੇ ਖੂਹ 'ਤੇ ਲੈ ਗਿਆ ਅਤੇ ਖੂਹ ਦੇ ਵਿੱਚ ਉਹਨੂੰ ਆਉਂਦਾ, ਆਪਣੀ ਸ਼ਕਲ ਵੀ ਵੇਖ ਅਤੇ ਮੇਰੀ ਸ਼ਕਲ ਵੀ ਵੇਖ। ਉਹ ਸ਼ਕਲਾਂ ਵੇਖੀਆਂ, ਆਉਂਦਾ ਸੁਣਾ, ਆਉਂਦਾ ਯਾਰ ਇੱਕੋ ਜਿਹੀ ਸ਼ਕਲ ਹੈ। ਉਹ ਆਉਂਦਾ, ਹੁਣ ਮੈਂ ਬੋਲਣਾ ਪਹਿਲੇ ਅਤੇ ਫਿਰ ਤੂੰ ਬੋਲੀ। ਉਹ ਜੰਗਲ ਦਾ ਸ਼ੇਰ ਬੁੱਢਾ, ਉਹ ਦਾੜਿਆ ਪਰ ਉਹਦੀ ਆਵਾਜ਼ ਤਾਂ ਨਾ ਇਤਨੀ ਜਵਾਨ ਸ਼ੇਰ ਦੀ ਆਈ। ਫਿਰ ਉਹਨੂੰ ਆਉਂਦਾ, ਹੁਣ ਤੂੰ ਦਾੜ। ਜਦੋਂ ਉਹ ਦਾੜਿਆ ਤਾਂ ਪੂਰੇ ਜੰਗਲ 'ਚ ਸਰਥਲ ਮੱਚ ਗਏ। ਆਉਂਦਾ, ਹੁਣ ਸੁਣਾ, ਆਉਂਦਾ ਯਾਰ ਫਰਕ ਤਾਂ ਕੋਈ ਨਹੀਂ, ਸ਼ਕਲ ਵੀ ਇੱਕੋ ਜਿਹੀ ਹੈ, ਆਵਾਜ਼ ਵੀ ਇੱਕੋ ਜਿਹੀ ਹੈ, ਇਹ ਫਿਰ ਮੇਰੇ 'ਤੇ ਕੀ ਜ਼ੁਲਮ ਹੋ ਗਿਆ, ਮੈਂ ਵਾਕਿਆ ਭੇਡ ਬਣ ਗਿਆ। ਉਸ ਅਯਾਲੀ ਨੇ ਆਖਿਆ, ਸ਼ੇਰ ਨੇ ਆਖਿਆ, ਨਹੀਂ ਭੇਡ ਨਹੀਂ ਬਣਿਆ, ਇਹ ਭੇਡਾਂ ਦੀ ਸੋਹਬਤ ਦਾ ਰੰਗ ਆ,
ਜਿਹੜਾ ਤੇਰੇ ਉੱਤੇ ਚੜ੍ਹ ਗਿਆ। ਤੂੰ ਸ਼ੇਰ ਹੈ, ਆਪਣੇ ਆਪ ਨੂੰ ਸ਼ੇਰ ਸਮਝ। ਇਵੇਂ ਮੁਸਲਮਾਨੋ, ਇਹ ਦਾੜੀ ਕਿਵੇਂ ਮਨਾਉਣ ਲੱਗ ਪਿਆ ਤੁਸੀਂ? ਕੋਲੋਂ ਪੈਸੇ ਦੇ ਕੇ ਇਹ ਉਹਨਾਂ ਬੇਡਾਂ ਦਾ ਰੰਗ ਚੜ੍ਹ ਗਿਆ। ਹੋ ਤੁਸੀਂ ਸ਼ੇਰ ਹੀ। ਕਦੇ ਕੋਈ ਖਾਕਾ ਸਾ ਛਪਦਾ ਹੈ ਨਾ ਹਜ਼ੂਰ ਦੇ ਖਿਲਾਫ਼, ਅਤੇ ਬਲਾ ਸਾਰੇ ਦਾੜੀਆਂ ਵਾਲੇ ਤਾਂ ਨਹੀਂ ਹੁੰਦੇ, ਦਾੜੀ ਮੁੰਨੇ ਵੀ ਅੱਗੇ ਅੱਗੇ ਆਉਂਦੇ। ਉਹਦਾ ਮਤਲਬ ਇਹ ਹੈ ਸ਼ੇਰ ਹੀ, ਪਰ ਬੇਡਾਂ ਦੀ ਸੋਭਤ ਦਾ ਰੰਗ ਚੜਿਆ ਹੈ। ਜਿਸ ਕੌਮ ਦੀ ਸ਼ਕਲ ਬਣਾਓਗੇ ਉਸੇ ਕੌਮ ਦੇ ਨਾਲ ਉਠਾਏ ਜਾਓਗੇ। ਮਨ ਤਾਰਾ ਕਾ ਸੁਨਤ ਹੀ ਫਲੈ ਸਮੇਂ, ਜੋ ਮੇਰੀ ਸੁਨਤ ਦਾ ਤਾਰਕ ਹੈ ਉਹ ਮੇਰਾ ਉਮਤੀ ਵੀ ਕੋਈ ਦੇ। ਨਮਾਜ਼ 5 ਵਕਤ ਪੜ੍ਹੋ, ਸ਼ਰੀਅਤ ਦੀ ਪਾਬੰਦੀ ਕਰੋ, ਜਿਹੜਾ ਮਸਲਾ ਸ਼ਰੀਅਤ ਦਾ ਸੁਣੋ ਉਹਦੇ ਉੱਤੇ ਅਮਲ ਕਰੋ। ਆਪਣੀਆਂ ਬੱਚੀਆਂ ਨੂੰ ਸਮਝਾਓ, ਆਪਣੀ ਬੀਵੀ ਨੂੰ ਸਮਝਾਓ, ਅਗਾਂਹ ਅਸਰ ਤਾਂ ਹੋਵੇ ਜੇ ਸਾਡੇ ਘਰ ਹੀ ਸ਼ਰੀਅਤ ਦੀ ਪਾਬੰਦੀ ਨਾ ਹੋਵੇ। ਬੱਚੇ ਸਾਡੇ ਨਸ਼ਾ ਕਰਦੇ ਹੋਣ, ਖੁਦਾ ਨਾ ਖਾਸਤਾ ਸਿਗਰਟਾਂ ਪੀਂਦੇ ਹੋਵਣ, ਅਤੇ ਤੂੰ ਡੰਡਾ ਪਕੜ ਕੇ ਅਤੇ ਮਾਰ ਕੇ ਤੂੰ ਉਹਨਾਂ ਨੂੰ ਸਹੀ ਕਰਨਾ ਚਾਹੁੰਦਾ, ਇਹ ਤਰੀਕਾ ਨਹੀਂ, ਇਹ ਗਲਤ ਤਰੀਕਾ ਹੈ। ਇਹਦੇ ਨਾਲ ਬੱਚਾ ਤੇਰੇ ਕੋਲ ਬਦਜ਼ਨ ਹੋ ਜਾਵੇ। ਉਹ ਹੋ ਸਕਦਾ ਗਰੂ ਹੀ ਨੱਸ ਜਾਵੇ, ਫਿਰ ਤੇਰੇ ਵਾਸਤੇ ਪਰੇਸ਼ਾਨੀ ਬਣੇ। ਉਹਨੂੰ ਕਿਸੇ ਚੰਗੀ ਸੋਭਤ 'ਚ ਲੈ ਜਾਓ, ਕਿਸੇ ਬਜ਼ੁਰਗ ਐਸੇ ਕੋਲ ਲੈ ਜਾਓ ਜਿਹੜਾ ਤਕਦੀਰਾਂ ਬਦਲ ਦਿੰਦਾ ਹੋ। ਉਹ ਦੁਨੀਆ ਵਿੱਚ ਮੁੱਕ ਗਏ ਨਹੀਂ, ਮੁੱਕ ਨਹੀਂ ਗਏ, ਸਾਨੂੰ ਪਤਾ ਕੋਈ ਨਹੀਂ ਵੀ ਬਜ਼ੁਰਗ ਕੀ ਹੋ ਜਾਂਦੇ। ਸਾਰੇ ਦਾੜੀ ਵਾਲੇ ਵਲੀ ਨਹੀਂ ਹੁੰਦੇ, ਸਾਰੇ ਦਾੜੀ ਮੁੰਨੇ ਬਦਮਾਸ਼ ਨਹੀਂ ਹੁੰਦੇ। ਉਹਦੇ ਮੁਤਲਕੀਨ ਵੇਖੋ, ਦਾਤਾ ਸਾਹਿਬ ਫਰਮਾਉਂਦੇ ਨੇ ਜੇ ਤੁਸੀਂ ਵੇਖਣਾ ਹੋਵੇ ਨਾ ਇਹ ਪੀਰ ਨੇਕ ਹੀ ਹੈ ਨਹੀਂ, ਉਹਦੇ ਜਿਹੜੇ ਆਵਣ ਜਾਵਣ ਵਾਲੇ ਨੂੰ ਦੇਖੋ, ਜ਼ਿਆਦਾ ਸੋਭਤ ਕਰਦੇ ਨੂੰ ਉਹ ਵੇਖੋ ਕੀ ਹੋ ਜਾਏ। ਅਗਰ ਉਹ ਨਮਾਜ਼ੀ ਨੇ, ਉਹਨਾਂ ਦਾੜੀ ਰੱਖੀ ਹੋਈ, ਫਿਰ ਇਹ ਜਿਹਦੇ ਕੋਲ ਜਾਂਦੇ ਨੇ ਉਹ ਬੰਦਾ ਨੇਕ ਹੈ, ਅਤੇ ਅਗਰ ਉਹ ਕੋਲ ਜਾਵਣ ਵਾਲੇ ਸਹੀ ਨਹੀਂ, ਜਿਹਦੇ ਕੋਲ ਜਾਂਦੇ ਪਏ ਨੇ ਉਹ ਭਾਵੇਂ 5 ਵਕਤ ਦਾ ਨਮਾਜ਼ੀ ਵੀ ਹੈ, ਦਾੜੀ ਵੀ ਰੱਖੀ ਹੋਈ, ਅਗਾਂਹ ਅਸਰ ਨਹੀਂ ਹੋ ਰਿਹਾ। ਅਸਰ ਬਾਤਨ ਦਾ ਪਾਉਂਦਾ ਹੈ, ਜ਼ਾਰਾ ਦਾੜੀ ਰੱਖਣੀ ਕੋਈ ਔਖਾ ਕੰਮ ਹੈ? ਕਈਆਂ ਮੁਸਲਮਾਨਾਂ ਤੋਂ ਉਹ ਵੀ ਨਹੀਂ ਰੱਖੀਂਦੀ ਨਾ, ਇਹ ਏਡਾ ਔਖਾ ਕੰਮ ਨਹੀਂ ਜਿਹੜਾ ਇਹਦੀ ਪਾਸਦਾਰੀ ਕਰਨਾ ਔਖਾ ਕੰਮ। ਦਾੜੀ ਤਾਂ ਮੁਨਾਫਕ ਵੀ ਰੱਖ ਲੈਂਦੇ ਹਨ, ਪਰ ਵਿੱਚੋਂ ਉਹਨਾਂ ਦਾ ਨਬੀ ਕਰੀਮ ਨਾਲ ਇਸ਼ਕ ਤਾਂ ਕੋਈ ਨਾ। ਦਾੜੀਆਂ ਸਿੱਖ ਵੀ ਰੱਖ ਲੈਂਦੇ ਨੇ, ਉਹਨਾਂ ਦੀ ਮੁਹੱਬਤ ਗੁਰੂ ਨਾਲ, ਉਹਨਾਂ ਦੇ ਗੁਰੂ ਨੇ ਆਖਿਆ ਵਾਲ ਕੋਈ ਨਹੀਂ ਕਟਾਉਣਾ, ਉਹ ਮੁੱਛਾਂ ਦਾ ਵੀ ਨਹੀਂ ਕਟਾਉਂਦੇ, ਉਹ ਦਾੜੀ ਦਾ ਵੀ ਨਹੀਂ, ਉਹ ਬਗਲਾਂ ਦਾ ਵੀ ਨਹੀਂ ਕਟਾਉਂਦੇ, ਉਹ ਕੋਈ ਵਾਲ ਕਟਾਉਂਦੇ ਹੀ ਨਹੀਂ। 5 ਕਾਫ ਅਤੇ ਉਹਨਾਂ ਦਾ ਅਮਲ ਹੈ, ਕੰਘਾ, ਕਾਫ ਕੰਘਾ, ਕਾਫ ਕਿਰਪਾਨ, ਕਾਫ ਕੇਸ, ਕਾਫ ਕਾਛਾ, ਕਾਫ ਕੜਾ, ਇਹ 5 ਕਾਫ। ਅਸਾਂ ਦੇਖ ਦੂਏ ਕੋਲ ਕਦੇ ਮਿਸਵਾਕ ਨਹੀਂ ਨਾ ਪੁੱਛੇ, ਉਹ ਜਿੱਥੇ ਮਿਲਦੇ ਨੇ ਪੁੱਛਦੇ ਨੇ, ਗੁਰੂ ਦਾ ਸਬਕ ਯਾਦ ਹੈ, ਉਹ ਵਿਖਾ ਦਿੰਦੇ ਨੇ ਸਾਡੇ ਕੋਲ ਯਾਦ। ਸਾਡੇ ਨਬੀ ਨੇ ਫਰਮਾਇਆ ਮਿਸਵਾਕ ਕੋਲ 70 ਨਮਾਜ਼ਾਂ ਦਾ ਸਵਾਬ ਜ਼ਿਆਦਾ ਹੋਵੇਗਾ। ਜਿਹੜੀ ਜੰਗ ਫਤਿਹ ਨਾਈ ਵੀ ਹੁੰਦੀ ਨਾ ਹਜ਼ਰਤ ਉਮਰ ਦੇ ਵਕਤ 'ਚ, ਅਤੇ ਹਜ਼ਰਤ ਉਮਰ ਨੇ ਫਰਮਾਇਆ ਕੋਈ ਸੁਨਤ ਤਾਂ ਨਹੀਂ ਛੱਡ ਬੈਠੇ ਹੋ? ਉਹਨਾਂ ਆਖੇ ਨਹੀਂ, ਆਹ ਸੁਨਤ ਛੱਡ ਬੈਠੇ ਹਾਂ ਜੀ, ਜਲਦੀ ਤੋਂ ਨਾ ਅਸੀਂ ਮਿਸਵਾਕ ਨਹੀਂ ਕਰਦੇ। ਆਪ ਨੇ ਫਰਮਾਇਆ ਸਾਰੇ ਹਟ ਆਓ ਪਿੱਛਾਂ, ਚੱਲ ਕੇ ਪਹਿਲੇ ਮਿਸਵਾਕ ਕਰ। ਇਹ ਸੁਨਤ ਦੀ ਬਰਕਤ ਨਾਲ ਜਿਹੜੀ 3 ਦਿਨ ਜੰਗ ਫਤਿਹ ਨਹੀਂ ਹੋਈ, ਉਹ ਸੁਨਤ ਦੀ ਬਰਕਤ ਨਾਲ ਉਸੇ ਵਕਤ ਫਤਿਹ ਹੋ। ਅੱਲਾ ਉਹਨਾਂ ਦੇ ਕਾਫਰਾਂ ਦੇ ਦਿਲ ਵਿੱਚ ਹੈ
ਖੌਫ ਡਾਲ ਦਿੱਤਾ ਕਿ ਸ਼ਾਇਦ ਮੁਸਲਮਾਨ ਅੱਜ ਕਾਵੜ ਚੜ ਜਾਈਏ, ਦੰਦ ਤੇਜ਼ ਪੇ ਕਰਦੇ ਨੇ, ਇਹ ਸਾਨੂੰ ਕੱਚਿਆਂ ਨੂੰ ਖਾ ਜਾਂਦੇ। ਅੱਲਾ ਦੇ ਹੱਥ ਵਿੱਚ ਹੈ ਨਾ, ਉਸ ਕਾਫਰਾਂ ਦੇ ਦਿਲਾਂ ਵਿੱਚ ਹੈਬਤ ਪਾ ਜਾਂਦੀ। ਜੁਨੈਦ ਬਗਦਾਦੀ ਫਰਮਾਉਂਦੇ ਨੇ, ਦੋ ਮਕਾਮ ਹੀ ਹੋ ਜਾਏ ਨੇ ਜਿੱਥੇ ਫਰਿਸ਼ਤੇ ਡਰਦੇ ਨੇ ਬੰਦੇ ਕੋਲ, ਬੰਦੇ ਕੋਲ ਔਰਤਾਂ ਦੀ ਦਾੜੀ ਕੋਈ ਨਹੀਂ ਹੁੰਦੀ, ਮਰਦਾਂ ਦੀ ਦਾੜੀ ਹੁੰਦੀ। ਦਾੜੀ ਵਾਲਾ ਬੰਦਾ ਜਿਸ ਜਾਨ ਕਬਜ਼ ਕਰਨ ਲੱਗਦੇ ਨੇ, ਉਹਨਾਂ ਨੂੰ ਗਾਇਬ ਤਾਂ ਕੋਈ ਨਹੀਂ, ਉਹ ਪਿਆਰ ਨਾਲ ਜਾਨ ਕੱਢਦਾ, ਮਤਾਂ ਇਹ ਅੱਲਾ ਦਾ ਦੋਸਤ ਹੋਵੇ, ਇਹਦੀ ਸ਼ਕਲ ਮੁਹੰਮਦੀ, ਉਹ ਪਿਆਰ ਨਾਲ ਕੱਢਦਾ, ਇੱਥੇ ਡਰਦੇ ਨੇ। ਕਬਰ ਵਿੱਚ ਜਦੋਂ ਜਾਂਦੇ ਨੇ ਮੁਨਕਰ ਨਕੀਰ, ਪਿੱਛੋਂ ਸ਼ੋਰ ਕਰਦੇ ਆਉਂਦੇ ਨੇ, ਅੱਗੂ ਬਾਸ਼ਰਾ ਬੰਦਾ ਵੇਖ ਕੇ ਇੱਕ ਦੂਜਾ ਦਿਨ ਹੌਲੀ ਬੋਲ, ਇਹਦਾ ਕਿਤੇ ਇਹਨੂੰ ਤਰਾਹ ਨਾ ਲੱਗ ਜਾਵੇ, ਅੱਲਾ ਨਿਰਾਜ਼ ਹੋ ਜਾਵੇ। ਸ਼ਕਲ ਇਹਦੀ ਖੁਦਾ ਦਿਆਂ ਦੋਸਤਾਂ ਵਾਲੀ, ਨਾ ਸੂਰਤ ਹੈ ਮੁਸਲਮਾਨੀ, ਨਾ ਸੀਰਤ ਹੈ ਮੁਸਲਮਾਨੀ, ਭਲਾ ਇਸ ਹਾਲ ਮੇ ਹਮ ਪਰ ਹੋ ਕੈਸੇ ਫਜ਼ਲ ਹੈ ਯਜ਼ਦਾਨ। ਸਾਡੇ ਕਿਰਦਾਰ ਹੀ ਨਹੀਂ ਮੁਸਲਮਾਨਾਂ ਵਾਲੇ, ਸਾਡੀਆਂ ਸ਼ਕਲਾਂ ਵੀ ਨਹੀਂ ਮੁਸਲਮਾਨਾਂ ਵਾਲੀਆਂ, ਫਿਰ ਖੁਦਾ ਸਾਡੇ 'ਤੇ ਕਿਵੇਂ ਰਹਿਮ ਕਰੇ? ਕੋਈ ਨਾ ਕੋਈ, ਕੋਈ ਨਾ ਕੋਈ ਅਜ਼ਾਬ ਆਇਆ ਰਹਿੰਦਾ। ਇਹ ਕੁਰਬੇ ਕਿਆਮਤ ਵੀ ਹੈ, ਗਵਾਂਢੀ ਭੁੱਖਾ ਬੈਠਾ ਕਦੇ ਖਿਆਲ ਨਹੀਂ ਕੀਤਾ, ਕਿਸੇ ਬਿਮਾਰ ਦੀ ਤਿਮਾਰਦਾਰੀ ਨਹੀਂ ਕੀਤੀ। ਮੈਂ ਪਿੰਡਾਂ 'ਚ ਵੀ ਦੱਸਣਾ ਤਾਂ ਇੱਥੇ ਵੀ ਦੱਸਦਾ ਪਿਆ, ਉਹ ਕਿਹਦੇ ਗਏ ਜਿਹੜੇ ਆਉਂਦੇ ਹਨ ਸੀ ਗਰੀਬਾਂ ਦੇ ਸਾਥੀਆਂ, ਕਿਸੇ ਗਰੀਬ ਦੇ ਘਰ ਬਿਸਤਰਾ ਭੇਜਿਆ ਉਹਨਾਂ ਕਿ ਐਡੀ ਸਰਦੀ, ਮਹਿੰਗਾਈ ਦਾ ਦੌਰ ਹੈ, ਰੋਜ਼ਗਾਰ ਹੈ ਕੋਈ ਨਾ, ਕਿਤਨੇ ਬੰਦੇ ਤੇਰੇ ਮੁਹੱਲੇ 'ਚ ਭੁੱਖੇ ਹੋਣ। ਕਿਆਮਤ ਵਾਲੇ ਨੂੰ ਖੁਦਾ ਫਰਮਾਵੇਗਾ, ਤੇਰੇ ਮੈਂ ਗਵਾਂਢ ਭੁੱਖਾ ਸੁੱਤਾ ਰਿਹਾ, ਤੂੰ ਮੇਰੀ ਖਬਰ ਨਾ ਹੀ ਲਈ, ਮੈਂ ਬਿਮਾਰ ਹੋ ਗਿਆ, ਤੂੰ ਮੈਨੂੰ ਪੁੱਛਿਆ ਕੋਈ ਨਹੀਂ ਆ। ਬੰਦਾ ਆਖੇਗਾ, ਯਾ ਅੱਲਾ ਮੇਰੀ ਤੌਬਾ, ਤੂੰ ਬਿਮਾਰ ਹੁੰਦਾ ਤਾਂ ਮੈਂ ਹਰ ਸ਼ੈ ਲੁਟਾ ਨਾ ਦਿੰਦਾ। ਉਹ ਬੰਦਾ ਅੱਲਾ ਦੀ ਜ਼ਾਤ ਫਰਮਾਵਣਗੇ, ਫਲਾਂ ਨਾਂ ਦਾ ਬੰਦਾ ਹਾ ਤੇਰੇ ਮੁਹੱਲੇ 'ਚ ਕੋਈ? ਉਹ ਤਾਂ ਜੀ ਹਾ, ਉਹ ਬਿਮਾਰ ਹੋ ਗਿਆ, ਉਹਨੂੰ ਤੂੰ ਜਾ ਕੇ ਪੁੱਛਿਆ ਵੀ ਨਹੀਂ। ਇਹ ਬੇਟਾ ਇਹ ਆਦਤ ਪਾ ਲਓ, ਭਾਵੇਂ ਦੋ ਆਨੇ ਦੀ ਚਾਰ ਆਨੇ ਦੀ ਗੋਲੀ ਲੈ ਗਿਆ, ਸ਼ਫਾ ਦਵਾਈਆਂ 'ਚ ਨਹੀਂ, ਸ਼ਫਾ ਅੱਲਾ ਕੋਲ। ਇਸੇ ਦਵਾਈ ਨਾਲ ਹੀ ਸ਼ਾਇਦ ਇਤਨਾ ਖੁਸ਼ ਹੋ ਜਾਵੇ, ਆਹ ਮੈਨੂੰ ਜੀ ਦਵਾਈ ਚੰਗੀ ਲੱਗੀ ਹੈ, ਭਲਾ ਇਹ ਖਾ ਕੇ ਵੇਖੋ ਨਾ। ਉਹਨੂੰ ਕਿਹੜਾ ਪਤਾ, ਉਹ ਇਸ ਅਕੀਦੇ ਨਾਲ ਖਾਵੇਗਾ ਕਿ ਇਹ ਮੈਨੂੰ ਮੇਰੇ ਬੇਟੇ ਨੇ, ਮੇਰੇ ਭਾਈ ਨੇ, ਮੇਰੇ ਭਤੀਜੇ ਨੇ, ਸ਼ੌਕ ਨਾਲ ਗੋਲੀ ਆਉਂਦੀ, ਬਿਸਮਿਲ੍ਲਾ ਜਾਂ ਸ਼ਾਫੀ ਜਾਂ ਕਾਫੀ, ਉਹ ਖਾਵੇਗਾ ਤਾਂ ਉਹਨੂੰ ਸਿਹਤ ਹੋ ਜਾਵੇ। ਬਿਮਾਰਾਂ ਦਾ ਖਿਆਲ ਰੱਖੋ, ਯਤੀਮਾਂ ਦਾ ਖਿਆਲ ਰੱਖੋ, ਆਪਣੇ ਮੁਹੱਲੇ ਦੀਆਂ ਲੋਕਾਂ ਦਾ ਖਿਆਲ ਰੱਖੋ। ਜਦੋਂ ਤੇਰੇ ਜਨਾਜ਼ੇ ਦਾ ਐਲਾਨ ਹੋਵੇਗਾ, ਲੋਕ ਰੋਵਣਗੇ, ਇਤਨਾ ਰੋਵਣਗੇ, ਇਹਨਾਂ ਦੇ ਅਥਰੂਆਂ ਨਾਲ ਤੇਰੇ ਗੁਨਾਹ ਜਲ ਜਾਣ। ਜ਼ਿਕਰ ਜਿਹੜਾ ਤੁਹਾਨੂੰ ਹਮੇਸ਼ਾ ਦੱਸਣਾ, ਉਹ ਕਰਿਆ ਕਰੋ। ਆ ਕੱਪੜਾ ਕੱਪੜਾ ਦਾ ਜਿਹੜੇ ਬੱਚੇ ਆ ਨੇੜੇ ਬੈਠੇ ਨੇ, ਇਹ ਕੱਪੜੇ ਨੂੰ ਹੱਥ ਪਾ ਲਓ, ਦੂਸਰੇ ਇੱਕ ਦੂਜੇ ਦੇ ਕੰਧਿਆਂ 'ਤੇ ਹੱਥ ਰੱਖ ਲਓ, ਜਿਵੇਂ ਮੈਂ ਪੜ੍ਹਾਂ ਉਸ ਤਰੀਕੇ ਨਾਲ ਸਾਰੇ ਪੜ੍ਹੋ। ਜਿੰਨਾ ਮੁਰੀਦ ਹੋਣਾ ਹੈ ਉਹ ਇਰਾਦਾ ਕਰ ਲਵੇਣ ਕਿ ਮੈਂ ਮੁਰੀਦ ਹੁੰਦਾ ਪਿਆ, ਇਰਾਦਾ ਨਾ ਕਰੋਗੇ ਤਾਂ ਮੇਰੇ ਹੱਥਾਂ 'ਚ ਵੀ ਹੱਥ ਦਿਓਗੇ ਤਾਂ ਮੁਰੀਦ ਨਹੀਂ ਹੋਵੋਗੇ। ਇਹ ਖੁਸ਼ੀ ਦੀਆਂ ਮੰਗਾਂ ਨੇ, ਮਤਾਂ ਕੋਈ ਆਖੇ ਦੁੱਖੇ ਨਾ ਕਰ ਦੇਣ ਮੁਰੀਦ। ਜਿੰਨਾ ਮੁਰੀਦ ਹੋਣਾ ਇਰਾਦਾ ਕਰਕੇ, ਇਰਾਦਾ ਨਹੀਂ ਕਰੋਗੇ ਤਾਂ ਮੁਰੀਦ ਨਹੀਂ ਹੋਵੋਗੇ। ਆਊਜ਼ ਬਿੱਲਾ ਮਿਨੇ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਆਮਨ ਤੋ ਬਿੱਲਾ ਹੈ ਵਮਲਾਇਕਾਤੇ ਹੀ ਵਕੁਤੁਬੇ ਹੀ ਵਰਸੁਲੇ ਹੀ ਵਲਯੌਮਿਲ ਆਖਿਰੇ ਵਲਕਦਰੇ ਖੈਰੇ ਹੀ ਵਸ਼ਰੇ ਹੀ ਮਿਨੱਲਾਹ ਤਾਲਾ ਵਲਬਾਸੇ ਬਾਦਲ ਮੌਤ
اشہد ان لا الہ الا اللہ وحدہ لا شریک لہ واشہد ان محمدن عبدہ ورسولہ استغفر اللہ تعالی ربی من کل ذنب واتوب الیہ۔ دعا منگو اللہ تعالیٰ دین دنیا دی مشکل آسان کرے، پریشانیاں دور فرماوے، کاروبار چ برکت ہوے، دین دا شوق ہوے۔ اللہم صلی اللہ علیہ وسلم بے رحمت کیا۔ آیا وظیفہ ہے جڑے مرید ہوئے ہو انہاں دا پاڑا سبق ہے، جڑے مرید نہیں ہوئے ہو میرے لو پاڑا بھی ہے تے آخری بھی ہے۔ اگاں اپنے پیراں کو سیکھو، کرن دا طریقہ ایکو ہے، زبان نال نہیں کرنا۔ جویں پیاس لگی ہوندی ہے نا تے کوئی بندہ زبان نال پانی 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 نہیں آکھدا، لیکن خیال ہوندا پانی آ گیا۔ کام کردا ہوئے، گلاں کردا ہوئے، سفر کردا ہوئے تے او اپنا خیال پانی وال رکھدا۔ اسی طرح تساں اپنا خیال اللہ دے ذکر رکھنا کہ میرا ذکر دل ذکر کر رہا ہے، پھر کو تصور کرنا ہے کہ اللہ اللہ اللہ۔ ذکر عامہ رب وز، ذکر زبان، ذکر خاصاں باشد از دل بے گماں۔ مومنہ ذکر خدا بسیار کو تاب یابی درد و عالم آبرو۔ اے مومن، جے تو دو جہان دی کامیابی چاہنا ہے تے اللہ دا ذکر زیادہ کریا کر۔ اللہ تعالیٰ مینوں بھی ذکر کرن دی توفیق دے۔ سارے واسطے دعا ہے اللہ دی ذات ظاہری باطنی پریشانیاں دور فرماوے، کاروبار چ برکت ہوئے، جنہ بچیاں بچیاں دیاں شادیاں نہیں ہو رہیاں خدا انہاں دے کوئی نیک سبب بناوے، جڑے بچے شادیاں کرا رہیاں تے اولاد نہیں ہو رہی اللہ انہاں نوں میں نرینا اولاد عطا فرماوے۔ اللہ دی ذات گھراں وچ برکت ہوئے، دین دا شوق ہوئے۔ برحمتہ کرے۔